लो भाई वेलकम बैक। कितना सारे ठीक ठाक हो? ते डाकुआ दा मुंडा दूजा पार्ट आपां वेखण लगे हैं। करिए शुरू बाजवा करो साहब, जी। वाह वाह मजेदार लगी सी फिल्म दी हाँ स्टोरी जी, जिहड़ी है ना, चंगी वो मूवी है। चंगी लगण रही है। वैसे असीं नहीं वेखी, असीं आंदे हां पता नहीं ना ही किवें दा किवें दी ना ही होणी, नहीं कोई चंगा ते काम ही नहीं डाकुआ चंगा डूकुआ होना। वाली होणी कोई। मत्था टेकदे हां माता। ज्योंदे रहो पुत, भले मैं थोनू पछाणिया नहीं, कौन हो तुसी? घर दे मुंडे हां माता। ना की है थोड़ा? घबरा ना माता, मिंटू दे वेली आ, साडा ही काम गया। कहिंदा सी मेरे आन तक घरे बह जाओ। माता मिंटू कहिंदा सी चाह बड़ी स्वाद बनाउने आ, तुसीं बणावा कुट कुट। अच्छा उहनूं मैनूं लगदा दाल ते घलाता उहनां दे नाल, है ना? आप उहदे घर आ के बह गए ना। ਭੂਆ ਦੇ ਕਤਲ ਵਾਲੇ ਮਾਮਲੇ 'ਚ ਬਾਪੂ ਅਤੇ ਤਾਏ ਨੂੰ ਕੈਦ ਹੋ ਗਏ। ਉਸ ਮਗਰੋਂ ਬੇਬੇ 'ਤੇ ਹੀ ਕਬੀਲਦਾਰੀ ਦਾ ਸਾਰਾ ਬੋਝ ਪੈ ਗਿਆ। ਘਰ ਦੇ ਹਾਲਾਤ ਬਿਲਕੁਲ ਵੀ ਠੀਕ ਨਹੀਂ ਸਨ, ਪਰ ਜੱਟਾਂ ਦੀ ਧੀ ਨੇ ਸਿਦਕ ਨਹੀਂ ਹਾਰਿਆ। ਉਹ ਲੋਕਾਂ ਦੇ ਖੇਤਾਂ 'ਚ ਕੰਮ ਕਰ ਕਰਕੇ ਸਾਨੂੰ ਪਾਲਦੀ ਰਹੀ, ਅਤੇ ਇੰਨੀਆਂ ਔਖਾਂ ਦੇ ਬਾਵਜੂਦ ਵੀ ਉਹਨੇ ਬਾਪੂ ਹੋਣਾਂ ਦੇ ਕੇਸ ਦੀ ਪੈਰਵਾਈ ਨਹੀਂ ਛੱਡੀ। ਉਹ ਹਰ ਪੇਸ਼ੀ 'ਤੇ ਸ਼ਹਿਰ ਜਾਂਦੀ ਅਤੇ ਆ ਕੇ ਹੜ੍ਹ ਦੀਆਂ ਧੁੱਪਾਂ 'ਚ ਦੋ ਦੋ ਮੀਲ ਦੂਰੋਂ ਕੱਖ ਖੋਦ ਕੇ ਲਿਆਉਂਦੀ। ਉਹਦੇ ਸਿਰ 'ਤੇ ਰੱਖੀ ਕੱਖਾਂ ਦੀ ਭਾਰੀ ਪੰਡ ਮੈਨੂੰ ਉਹਦੀ ਜ਼ਿੰਦਗੀ 'ਤੇ ਪਏ ਬੋਝ ਦਾ ਅਹਿਸਾਸ ਕਰਾਉਂਦੀ। ਬੇਬੇ ਦੀ ਹਾਲਤ ਵੇਖ ਕੇ ਮੈਨੂੰ ਤਰਸ ਆਉਂਦਾ। ਮੇਰੀ ਜਿੰਨੀ ਕੁ ਵਾਹ ਲੱਗਦੀ ਮੈਂ ਕੰਮ 'ਚ ਬੇਬੇ ਦਾ ਹੱਥ ਵਟਾਉਣ ਦੀ ਕੋਸ਼ਿਸ਼ ਕਰਦਾ, ਪਰ ਬਾਪੂ ਜੇਲ੍ਹੋਂ ਬਾਹਰ ਆ ਕੇ ਘਰ ਨਾਲੋਂ ਜਿਵੇਂ ਟੁੱਟ ਹੀ ਗਿਆ ਸੀ। ਬੇਬੇ ਸਾਰਾ ਦਿਨ ਕੰਮ ਕਰ ਕਰਕੇ ਵੱਖੀਆਂ ਚੜਾਉਂਦੀ ਰਹਿੰਦੀ, ਅਤੇ ਬਾਪੂ ਉਹ ਬੇਬੇ ਦੀ ਕੋਈ ਮਦਦ ਕਰਨ ਦੀ ਬਜਾਏ ਨਸ਼ਾ ਕਰਕੇ ਸਾਰਾ ਦਿਨ ਚਿੱਟੇ ਪਾ ਕੇ ਘੁੰਮਦਾ ਰਹਿੰਦਾ। ਉਹਨੂੰ ਦੇਖ ਕੇ ਮੈਨੂੰ ਚੀਂ ਚੜਦਾ। ਚੱਲ ਬਸ ਪੁੱਤ, ਤੂੰ ਜਾ ਵੜ, ਹੁਣ ਤੇਰੀ ਸਕੂਲ ਵਾਲੀ ਬੱਸ ਲੰਘ ਜੂ, ਬਾਕੀ ਰੁਗ ਮੈਂ ਆਪੇ ਲਾ ਲੈਂਦੀ ਹਾਂ। ਹੈਂ, ਜਾ ਮੇਰਾ ਪੁੱਤ, ਰੋਟੀ ਵਾਲਾ ਡੱਬਾ ਨਾ ਭੁੱਲ ਜੀ। ਠੀਕ ਹੈ ਬੀਬੀ। ਚੱਲ ਪਿਆ ਪੁੱਤਰ। ਉਹ ਇੱਥੇ ਡੱਬਾ ਰੱਖਿਆ ਸੀ ਮੈਂ, ਇੱਕ ਹੈਥੀ ਹੋਣਾ ਜਿੱਥੇ ਰੱਖਿਆ ਸੀ। ਇੱਥੇ ਤਾਂ ਹੈ ਨਹੀਂ। ਮਿੰਟੂ ਤਾਂ ਨਹੀਂ ਲੈ ਗਿਆ? ਮਿੰਟੂ ਟਿਫਨ 'ਚ ਕੀ ਲੈ ਗਿਆ? ਲੂਣ ਵਾਲੀਆਂ ਪਰੌਂਠੀਆਂ। ਵੇਖੀ ਮੈਨੂੰ ਭੁੱਖ ਬਹੁਤ ਲੱਗੀ ਆ। ਕਿਉਂ, ਤੂੰ ਖਾ ਕੇ ਨਹੀਂ ਆਇਆ ਕਰੋ? ਨਾ ਯਾਰ, ਬੀਬੀ ਨੂੰ ਤਾਪ ਚੜਿਆ ਗਿਆ, ਉਹਨੇ ਚਾਹ ਮਸਾਲਾ ਆਈ ਆ ਤੇ ਰੋਟੀ ਪੱਕੀ ਹੋਈ। ਅੱਛਾ, ਮੈਂ ਤੇ ਇਹ ਕਲਰ ਡੱਬਾ ਪਰੌਂਠੀਆਂ ਖਾਣਾ। ਓਏ ਮੇਰੀ ਬੇਬੇ ਕਹਿੰਦੀ ਹੁੰਦੀ ਹੈ ਇਹ ਬਹੁਤ ਗਲਤ ਚੀਜ਼ ਹੁੰਦੀ ਹੈ, ਮੇਰਾ ਬਾਪੂ ਖਾਂਦਾ ਸੀ। ਮਾਲ ਤਾਂ ਖਰਾ ਲੱਗਦਾ, ਵਧੀਆ ਝੱਟ ਲੱਗੂ ਅਜ ਤਾਂ। ਕਿਹਨਾਂ ਦਾ ਮੁੰਡਾ ਤੂੰ? ਯਾਰ ਗੱਲ ਸੁਣ। ਹਾਂ, ਕਬੱਡੀ ਨਾ ਮੇਰੇ ਲੂ ਕੰਡੇ ਖੜੇ ਕਰ ਦਿੰਦੀ ਹੈ। ਅੱਛਾ, ਓਏ ਜੈਲੂ ਦੇ ਵੀ ਕਰ ਦਿੰਦੀ ਸੀ ਛੋਰਾ। ਓਏ ਤੇਰਾ ਪਿਓ ਚੋਟੀ ਦਾ ਰੇਡਰ ਸੀ, ਮਗਰ ਮੇਲਿਆਂ 'ਚ ਚਾਰੇ ਪਾਸੇ ਜੈਲੂ ਪਹਿਲਵਾਨ ਹੁੰਦੀ ਸੀ। ਹੈ, ਓਏ ਕੀ ਪੁੱਛਦਾ ਪੁੱਤਰਾ, ਹੈ ਇਲਾਕੇ 'ਚ ਫੁੱਲ ਚੜਾਈ ਸੀ ਜੱਟ ਦੀ, ਮਗਰ ਉਹਦੇ ਬਰਾਬਰ ਨਹੀਂ ਸੀ ਬਈ ਕੋਈ। ਓਏ ਆ ਤਾਂ ਤੈਨੂੰ ਕੀ ਦੱਸਾਂ ਪੁੱਤਰਾ, ਪਤੰਦਰ ਨੂੰ ਪੁੱਠੇ ਕੰਮਾਂ ਨੇ ਖਰਾਬ ਕਰਤਾ, ਨਹੀਂ ਤਾਂ ਕਿਆ ਸੋਹਣੀ ਕਾਠੀ ਸੀ ਜਵਾਨ ਦੀ। ਇਹ ਉਹ ਕਿਤਾਬ ਪੜ੍ਹ ਰਹੇ ਆ ਸਾਰੀ, ਹੈ ਨਾ? ਬਹਿ ਕੇ ਬੀਬੀ, ਬਾਪੂ ਕਬੱਡੀ ਖੇਡਦਾ ਹੁੰਦਾ ਸੀ।
तू चुप करके रोटी खा ले, ठंडी हुई जाती है। तारी का प्यो दादा से कहता तेरे बापू की बहुत चढ़ाई सी, मैं भी कबड्डी खेलने जाया करूँ, देखी बापू जी नहीं टवर हो मेरी भी। तू चुप करके रोटी खाना का नहीं, कबड्डी खेडूगा बड़ा पहलवान, जो जो ललर प्यो ने लाते जो तू ना लेना। मैं तो खेडू, तू मैं तो कुछ होर ना ले ली, बड़ा प्यो का चेचला। ओ की पकाई मरी जानी तू ए। बापू मैं कबड्डी खेडनी है, बीबी मना कर दी है। ओ बल्ले खेडन दे मरे शेर नु, चल वो कल तो कर दे जोर मारने शुरू, एदा की है ना भांग दी लेंदी। ठीक है। ओ गल सुनो, आ मर्जी दे शरीर ने नहीं गल बननी, कबड्डी खुराक मंगदी है दबल के खानी पऊ। हां बापू। ते अगली सवेर तो बापू मेरा कोच बन गया, वह हर रोज़ सवेरे मैनू ग्राउंड लै जाता तो कसरत करवाउंदा, कबड्डी के दापे सिखाउंदा। शायद बापू नू मेरे अंदर अपना आप नज़र आउंदा सी, कबड्डी लई मेरी दृढ़ता देख के उहनू अपनी जवानी पैरे मर चुके खिडारी दे जिउंदा होण दी आस बज्जी सी। निकल दिया ना कंड, पर एक गल रुपे केशोर दे वर्गा कोई जवान नहीं है। देख 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 नेरी है पतंदर नेरी, वो शाबाश है वो चक दे शेरा, शाबाश है। तू किधर वो पहला पिंजरिया का पालन दंदा कच्चा ही तुर आया है, आ जा फिर क्यों बाबा निकल की फिर कंड पूरी के आला चक ना। ना बाबा मैं नहीं पींदा। ओ पीला पीला आ तो सुखी पंजीरी आ, पीला पीला खिच बाबा नु केड़े काम। 71 साल दे बुढ़े ने मैनू पहली बार नशे दा स्वाद चखाया। ਪਾਥੀਆਂ ਦੇ ਘੀਰੇ ਲੱਗਦੇ ਹੁੰਦੇ ਸਨ ਬੜੇ। ਲੱਗਦੀ ਮਲੋਟ ਪਰ ਸ਼ਰਤ ਹੈ ਮੇਰੀ ਕਬੱਡੀ ਨਾ ਛੱਡੀ। ਖਿਡਾਉਣੀ ਤਾਂ ਫੀਸ ਦੁੱਗਣੀ ਲੱਗੂਗੀ, ਫਾਈਨਲ ਸਿਲੈਕਸ਼ਨ ਹੋਣਾ ਇਸ ਤੋਂ ਬਾਅਦ। ਠੀਕ ਹੈ ਕੋਸਾ, ਸਤਿ ਸ਼੍ਰੀ ਅਕਾਲ ਜੀ। ਹਾਂ ਜੋਨ ਕੋਸਾ, ਟ੍ਰਾਇਲ ਦੇਣਾ ਹੈ ਜੀ ਮੈਂ।
ट्रायल खत्म हो गए हूँ अगले साल आई कोसा मेरी बस निकल गई सी ता लेट हो गई तैनू क्या ना फेर आई कोसा वे एक मौका जी ऑलराउंडर है नहीं मैं कोसा नहीं अगले साल आई चलो बे मुंडे हो साला बिल्ली भगियान बनया फिरता है तुगनी फीस आ जिप्सी च पेट्रोल ना पाऊं मैं प्रधान साहब मैनू लगदा आपां नूं शरीर बनाउणा पऊगा कबड्डी जान मंगदी है जान कोसा आपदे सब तो तगड़े खिडारी नाल पढ़ा के देख लो जी अच्छा ये तो सारे अग दियां नाला तू पाला जी नूं हाथ पाउणा बोलता नहीं गया अच्छा देव खरूद नूं वेख के ते ना इहदी फिल्म वेखी ना रुपिंदर गांधी ते बड़ी पॉजिटिव जी वाइब ते बड़ा पॉजिटिव जी ना हुंदा है ज़ेहन दे विच रुपिंदर गांधी वेखी है नहीं मैं नहीं वेखी रुपिंदर गांधी नहीं वेखी असीं ओह वेख करमे दा ही पता करमे दा अच्छा नहीं रुपी अपना देव खरूद देव खरूद हाँ ये मतलब बड़े वधिया और इन्हां दा ना बड़ा पॉजिटिव और हिस्टरी तो रिलेटिड वीडियो मोस्टली इन्हां दीयां जिहड़ियां होंदियां ना फिल्मां ओह हिस्टरी तो रिलेटिड ही होंदियां ने इन्हां दी रुपिंदर गांधी भी वधिया सी ओह भी रियल बेस और गांधी ग्रुप एक अज भी चल रहा है और ओहदे उत्ते इन्हां ने बनाई सी ओह भी बड़ी सोहणी फिल्म सी आपां इहदी इकट्ठी वेखी सी बाई लारस ਬਾਈ ਲਾਰਸ ਬਾਈ ਲਾਰਸ ਦੇ ਵਿੱਚ ਇਹਨਾਂ ਦਾ ਰੋਲ ਜਿਹੜਾ ਨਾ ਉਹ ਰੋਲ ਹੋਰ ਸੀ ਉੱਥੇ ਇੱਥੇ ਬਾਕੀ ਨਹੀਂ ਰੁਪਿੰਦਰ ਗਾਂਧੀ ਵੇਖੋਗੇ ਤਾਂ ਬੜਾ ਪੋਜ਼ਿਟਿਵ ਜਿਹਾ ਇਹਨਾਂ ਦਾ ਰੋਲ ਜਿਹੜਾ ਨਾ ਹੁੰਦਾ ਬਾਕੀ ਚਲੋ ਆਪਾਂ ਅਗਲਾ ਜਿਹੜਾ ਵੀਡੀਓ ਦਾ ਪਾਰਟ ਵੇਖਦੇ ਹਾਂ ਨੈਕਸਟ ਫਿਲਮ ਅੱਗੋਂ ਵਧੀਆ ਹੋ ਗਈ ਹੈ ਅਗਲਾ ਪਾਰਟ ਵੇਖੀਏ